ਇਟਲੀ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਤੇ ਲਾਈ ਪਾਬੰਦੀ ਤੇ ਬੋਲਦਿਆਂ ਐਸਜੀਪੀਸੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ ਐਸਜੀਪੀਸੀ ਦਾ ਇੱਕ ਵਫਦ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਪਹੁੰਚਿਆ ਸੀ, ਪਰ ਉਹਨਾਂ ਵੱਲੋਂ ਇਸ ਮੁੱਦੇ ਤੇ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ ਅਤੇ ਨਾਲ ਹੀ ਸਿੱਖਾਂ ਦਾ ਸਿਰਫ ਕਿਰਪਾਨ ਦਾ ਹੀ ਮੁੱਦਾ ਨਹੀਂ ਹੈ, ਹੋਰ ਵੀ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਹੱਲ ਲਈ ਐਸਜੀਪੀਸੀ ਨੂੰ ਅੱਗੇ ਆਉਣਾ ਚਾਹੀਦਾ ਹੈ। ਅਸੀਂ ਜਿਹੜੇ ਦੇਸ਼ ਦੇ ਅਸਲ 'ਚ ਨਾਗਰਿਕ ਹਾਂ, ਜਿੱਥੇ ਸਾਡਾ ਜਨਮ ਭੂਮੀ ਹੈ ਸਾਰਿਆਂ ਦੀ, ਜਿੱਥੋਂ ਅਸੀਂ ਮੈਂ ਹਿੰਦੁਸਤਾਨ ਦੀ ਗੱਲ ਕਰ ਰਿਹਾ, ਇੱਥੋਂ ਦੀ ਸਰਕਾਰ ਵੀ ਜਦੋਂ ਸਾਡੇ ਨਾਲ ਇੱਦਾਂ ਦਾ ਕਿਤੇ ਵੀ ਬਾਹਰ ਵਾਪਰਦਾ, ਭਾਵੇਂ ਉਹ ਫਰਾਂਸ ਦੀ ਗੱਲ ਹੋਵੇ ਜਾਂ ਹੁਣ ਉੱਥੇ ਦਸਤਾਰ ਦਾ ਮਸਲਾ ਸੀ, ਇੱਥੇ ਹੁਣ ਇਟਲੀ 'ਚ ਕਿਰਪਾਨ ਦਾ ਮਸਲਾ ਪੈ ਗਿਆ, ਇਹਨਾਂ ਨੇ ਵੀ ਕਦੇ ਸਰਕਾਰੀ ਤੌਰ 'ਤੇ ਵੀ ਇਨੀਸ਼ੀਏਟਿਵ ਨਹੀਂ ਲਿੱਤਾ ਕਿ ਇਹ ਗੱਲ ਕਰਨ ਕਿ ਸਾਡੇ ਜਿਹੜੇ ਇੱਥੋਂ ਦੇ ਨਿਵਾਸੀ ਨੇ ਉਹਨਾਂ ਨਾਲ ਬਾਹਰ ਕਿਤੇ ਉਹਨਾਂ ਦੇ ਧਰਮ ਦੇ ਪ੍ਰਤੀ ਕੋਈ ਗੱਲ ਹੁੰਦੀ ਹੈ ਅਤੇ ਉਹਨੂੰ ਇਹ ਵੀ ਸਰਕਾਰ ਦੇ ਪੱਧਰ 'ਤੇ ਵੀ ਜ਼ਰੂਰ ਗੱਲ ਕਰਿਆ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਨੁਮਾਇਆ ਜਮਾਤ ਆ ਸਾਡੀ, ਉਹਨਾਂ ਨੂੰ ਇਹ ਮੁੱਦਾ ਕੱਲ੍ਹ ਇੱਕ ਵਫਦ ਰਾਸ਼ਟਰਪਤੀ ਨੂੰ ਮਿਲਿਆ, ਉਹਨਾਂ ਨਾਲ ਹੀ ਇਹ ਮੁੱਦਾ ਚੁੱਕਣਾ ਚਾਹੀਦਾ ਸੀ ਵੀ ਰਾਸ਼ਟਰਪਤੀ ਆਪਣੇ ਪੱਧਰ 'ਤੇ ਡਿਪਲੋਮੈਟਿਕ ਚੈਨਲਸ ਨਾਲ ਵੀ ਇਹ ਗੱਲ ਕਰਨ।